ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਅਸੀਂ ਹਾਜ਼ਰ ਹੋ ਗਏ ਹਾਂ ਜੀ ਪ੍ਰਾਈਮ ਵਿਮਨ ਪ੍ਰੋਗਰਾਮ ਲੈ ਕੇ। ਮੈਂ ਹਾਂ ਜੀ ਰਮਨ ਤੌਰ, ਮੇਰੇ ਨਾਲ ਨੇ ਹਰਮਨ ਥਿੰਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਰਮਨ ਜੀ? ਮੈਂ ਪਹਿਲਾਂ ਪੁੱਛਿਆ। ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ? ਮੈਂ ਵੀ ਬਿਲਕੁਲ ਠੀਕ ਠਾਕ। ਮੌਸਮ ਕਿਵੇਂ ਦਾ? ਮੌਸਮ ਠੀਕ ਹੈ ਜੀ। ਦੇਖੋ, ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਬੁਰਾ ਤਜਰਬਾ ਹੋ ਜਾਏ ਨਾ, ਤੇ ਅਸੀਂ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਪਹਿਲਾਂ ਫੀਲਿੰਗਾਂ ਲੈਂਦੇ ਹੁੰਦੇ ਬਹੁਤ ਜ਼ਿਆਦਾ, ਹੈ ਨਾ, ਆਨੰਦਿਤ ਹੋ ਜਾਂਦੇ ਹਾਂ ਤੇ ਅਸੀਂ ਉਹ ਤੋਂ ਡਰਨ ਲੱਗ ਪੈਂਦੇ ਹਾਂ। ਤੁਹਾਨੂੰ ਯਾਦ ਹੋਊਗਾ ਕਿ ਥੋੜ੍ਹਾ ਸਮਾਂ ਪਹਿਲਾਂ ਜਦੋਂ ਵੀ ਕਿਤੇ ਬਾਰਿਸ਼ ਦਾ ਮੌਸਮ ਬਣਦਾ ਸੀ ਬਾਹਰ, ਹੈ ਨਾ, ਸੁਹਾਵਣਾ ਜਿਹਨੂੰ ਮੌਸਮ ਕਹਿ ਦਿੰਦੇ ਹਾਂ ਨਾ, ਅਸੀਂ ਬਹੁਤ ਖੁਸ਼ ਹੋ ਜਾਂਦੇ ਸੀ ਕਿਉਂਕਿ ਸਾਡੇ ਨੇੜੇ ਹੀ ਸਾਡੇ ਪਿੰਡਾਂ ਦੇ ਵਿੱਚ ਲੋਕਾਂ ਦਾ ਬਹੁਤ ਕੁਛ ਤਬਾਹ ਹੋ ਗਿਆ। ਹਿਮਾਚਲ 'ਚ ਪਈ ਭਾਵੇਂ ਬਾਰਿਸ਼ ਦਾ ਅਸਰ ਸਾਡੇ ਪੰਜਾਬ 'ਚ ਜ਼ਿਆਦਾ ਦੇਖਣ ਨੂੰ ਮਿਲ ਗਿਆ ਨਾ, ਤੇ ਹੁਣ ਕਿਤੇ ਨਾ ਕਿਤੇ ਉਹ ਫੀਲਿੰਗ ਜਿਹੜੀ ਅਸੀਂ ਲੈਣੀ ਬੰਦ ਕਰਤੀ, ਜਾਂ ਕਹਿ ਲਓ ਕਿ ਡਰ ਪੈ ਗਿਆ, ਹੈ ਨਾ, ਕਿਉਂਕਿ ਉਹ ਲੋਕਾਂ ਦੀਆਂ ਤਕਲੀਫਾਂ ਸਾਡੀਆਂ ਖੁਸ਼ੀਆਂ ਤੋਂ ਵੀ ਕਿਤੇ ਉੱਤੇ ਹੈਗੀਆਂ। ਬਿਲਕੁਲ ਸਹੀ। ਹੁਣ ਤਾਂ ਐਂ ਆ ਵੀ ਬੱਦਲ ਵੀ ਮਾੜੇ ਜਿਹੇ ਹੋ ਜਾਣ ਤੇ ਬੰਦਾ ਉਹੀ ਘਬਰਾ ਜਾਂਦਾ ਵੀ ਮੀਂਹ ਨਾ ਆ ਜਾਏ ਕਿਤੇ, ਕਿਉਂਕਿ ਵਾਕਈ ਜੋ ਕੁਝ ਵਾਪਰਿਆ ਉਹਨੇ ਡਰਾ ਤਾਂ ਉਹਨੇ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ, ਹੈ ਨਾ। ਪਰ ਚਲੋ, ਖੈਰ, ਥੋੜਾ ਬਹੁਤ ਹੁਣ ਸੁਧਾਰ ਜਿਹੜਾ ਹੈ ਉਹ ਹੋਣਾ ਸ਼ੁਰੂ ਹੋ ਗਿਆ ਵੀ ਪਹਿਲਾਂ ਪਾਣੀ ਜਿੱਥੇ 6-6 ਫੁੱਟ ਤੇ ਖੜਾ ਸੀ ਉੱਥੇ ਹੁਣ 4-4 ਫੁੱਟ ਤੱਕ ਉਹ ਰਹਿ ਗਿਆ, ਹੌਲੀ ਹੌਲੀ ਪਾਣੀ ਘੱਟ ਰਿਹਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰਾ ਕੁਝ, ਜਿਹੜੀਆਂ ਸਾਰੀਆਂ ਸਮੱਸਿਆਵਾਂ ਨੇ ਉਹ ਖਤਮ ਹੋ ਗਈਆਂ। ਹਾਲੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਅਸੀਂ ਕਰਨਾ ਜਦੋਂ ਪੂਰੀ ਹੁਣੇ ਸ਼ੁਰੂ ਹੋਈਆਂ ਜੀ, ਕਿਉਂਕਿ ਜੋ ਪੂਰੀ ਤਰ੍ਹਾਂ ਪਾਣੀ ਸੁੱਕ ਗਿਆ ਫਿਰ ਤਿਲਕਣ ਹੋਊਗੀ, ਫਿਰ ਅਸਲ 'ਚ ਨੁਕਸਾਨ ਦਾ ਪਤਾ ਲੱਗੂਗਾ ਵੀ ਕਿੰਨਾ ਨੁਕਸਾਨ ਹੋ ਗਿਆ। ਲੋਕੀ ਜਦੋਂ ਆਪਣੇ ਘਰਾਂ ਦੇ ਵਿੱਚ ਜਾਣਗੇ ਫਿਰ ਪਤਾ ਲੱਗੂਗਾ ਕਿ ਅੰਦਰ ਦੇ ਕੀ ਹਾਲਾਤ ਨੇ, ਹੈ ਨਾ। ਸੋ ਹਾਲੇ ਤਾਂ ਮੁਸ਼ਕਲਾਂ ਜਿਹੜੀਆਂ ਨੇ ਉਹ ਕਹਿ ਲਓ ਵੀ ਭੱਜੀਆਂ ਆ ਰਹੀਆਂ ਨੇ। ਤੇ ਜਿਵੇਂ ਦਾ ਸਾਡਾ ਭਾਈਚਾਰਾ ਜਾਂ ਜਿੰਨੇ ਵੀ ਲੋਕ ਹੈਗੇ ਆ ਸੇਵਾ ਵਿੱਚ ਜੁਟੇ ਹੋਏ ਆ, ਹੈ ਨਾ, ਤੇ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਬਹੁਤ ਲੰਬਾ ਸਮਾਂ ਜਿਹੜਾ ਸਾਨੂੰ ਇਹ ਸੇਵਾ ਕਰਨੀ ਪੈਣੀ ਆ, ਤੇ ਅਸੀਂ ਯਾਦ ਰੱਖੀਏ ਕਿ ਅਸੀਂ ਹੁਣ ਜਿਹੜੇ 5-10-7 ਦਿਨ ਮਹੀਨਾ ਅਸੀਂ ਸੇਵਾ ਨਹੀਂ ਕਰਨੀ, ਲੰਬਾ ਟਾਈਮ ਸਾਨੂੰ ਇਹਨਾਂ ਲੋਕਾਂ ਨੂੰ ਸਾਥ ਦੇਣਾ ਪੈਣਾ ਤਾਂ ਕਿ ਉਹ ਜਿਹੜੇ ਆਪਣੇ ਜੀਵਨ ਪੱਧਰ ਦੇ ਸਤਰ ਨੂੰ ਨੋਰਮਲ ਸਾਡੇ ਤੱਕ ਲੈ ਕੇ ਆਉਣ ਦੇ ਵਿੱਚ ਉਹਨਾਂ ਨੂੰ ਟਾਈਮ ਲੱਗੂਗਾ, ਤੇ ਲੰਬਾ ਸਮਾਂ ਅਸੀਂ ਉਹਨਾਂ ਦਾ ਸਾਥ ਜ਼ਰੂਰ ਦੇਣਾ ਹੈ। ਬਿਲਕੁਲ ਸਹੀ। ਸੋ ਖੈਰ, ਆਪਾਂ ਹੁਣ ਜਿਹੜੀਆਂ ਆਪਣੀ ਰਸਮੀ ਗੱਲਾਂ ਬਾਤਾਂ ਨੇ ਪ੍ਰਾਈਮ ਵੁਮੈਨ ਦੀਆਂ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ। ਰਮਨ ਜੀ, ਹੁਣੇ ਜੇ ਨਿਕਲ ਕੇ ਗਏ ਵਿਮੈਨ ਇਕੁਐਲਿਟੀ ਡੇ ਜੀ, ਠੀਕ ਹੈ, ਤੇ ਇਸ ਦਿਨ ਦੇ ਉੱਪਰ ਨਾ ਮੈਂ ਸੋਚਿਆ ਵੀ ਆਪਾਂ ਇਸ ਦਿਨ ਦੇ ਬਾਬਤ ਅੱਜ ਵਿਚਾਰ ਚਰਚਾ ਜਿਹੜੀ ਆ ਉਹ ਕਰਦੇ ਹਾਂ। ਮੈਂ ਕੁਝ ਇੱਕ ਇਹੋ ਜਿਹੀਆਂ ਬੀਬੀਆਂ ਦੇ ਬਾਬਤ ਪੜ੍ਹਿਆ ਜਿਹੜੀਆਂ ਵਾਕਈ ਪ੍ਰਾਈਮ ਵੁਮੈਨ ਨੇ, ਜਿਨ੍ਹਾਂ ਦੀ ਬਦੌਲਤ ਬਹੁਤ ਸਾਰੇ ਕੰਮਾਂ ਦੀ ਸ਼ੁਰੂਆਤ ਹੋਈ, ਜਿਹੜੀਆਂ ਅਸਲ ਦੇ ਵਿੱਚ ਮੀਲ ਪੱਥਰ ਸਾਬਤ ਹੋਈਆਂ ਨੇ, ਜਿਹੜੀਆਂ ਬੀਬੀਆਂ ਨੇ ਅਸਲ ਦੇ ਵਿੱਚ ਇਤਿਹਾਸ ਰਚ ਦਿੱਤਾ, ਅੱਜ ਉਹਨਾਂ ਦੀ ਬਾਤ ਪਾਉਣੀ ਆ ਆਪਾਂ। ਸੋ ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਸਰਸਵਤੀ ਬਾਈ ਫਾਲਕੇ ਦੀ ਜੀ, ਬਹੁਤ ਘੱਟ ਲੋਕ ਇਹਨਾਂ ਦਾ ਨਾਂ ਹੋ ਸਕਦਾ ਜਾਣਦੇ ਹੋਣ, ਪਰ ਇਹਨਾਂ ਦਾ ਯੋਗਦਾਨ ਬਹੁਤ ਵੱਡਾ। ਦਾਦਾ ਸਾਹਿਬ ਫਾਲਕੇ ਦਾ ਨਾਂ ਹਰ ਇੱਕ ਬੰਦਾ ਜਾਣਦਾ ਹੈ ਜੀ, ਪਰ ਕਹਿੰਦੇ ਹੁੰਦੇ ਆ ਹਰੇਕ ਇੱਕ ਕਾਮਯਾਬ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ, ਤੇ ਇਹ ਉਹੀ ਔਰਤ ਹੈ। ਇਹ ਦਾਦਾ ਸਾਹਿਬ ਫਾਲਕੇ ਹੋਰਾਂ ਦੀ ਧਰਮ ਪਤਨੀ ਸਰਸਵਤੀ ਬਾਈ ਫਾਲਕੇ, ਔਰ ਦਾਦਾ ਸਾਹਿਬ ਫਾਲਕੇ ਹੋਰਾਂ ਦੀ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਸਭ ਤੋਂ ਪਹਿਲੀ ਹਿੰਦੀ ਫਿਲਮ ਜਿਹੜੀ ਹੈ ਉਹ ਬਣਾਈ ਸੀ। ਉਹ ਫਿਲਮ ਸੀ, ਮਤਲਬ ਭਾਰਤੀ ਸਿਨੇਮਾ ਦੀ ਕਹਿ ਲਓ ਜਿਹੜੀ ਸਭ ਤੋਂ ਪਹਿਲੀ ਫਿਲਮ, ਰਾਜਾ ਹਰੀਸ਼ ਚੰਦਰ ਜੀ। ਉਹ ਫਿਲਮ ਬਣਾਉਣ ਦਾ ਮਾਣ ਉਹਨਾਂ ਨੇ ਹਾਸਲ ਕੀਤਾ ਸੀ, ਪਰ ਮੈਂ ਤੁਹਾਨੂੰ ਇਹ ਦੱਸਦਾ ਵੀ ਜਿਹੜਾ ਪੂਰਨ ਤੌਰ ਦੇ ਉੱਪਰ ਕ੍ਰੈਡਿਟ ਹੈ ਉਹ ਕੱਲਾ ਦਾਦਾ ਸਾਹਿਬ ਫਾਲਕੇ ਹੋਰਾਂ ਨੂੰ ਨਹੀਂ ਜਾਂਦਾ, ਇਹ ਉਹਨਾਂ ਦੀ ਧਰਮ ਪਤਨੀ ਨੂੰ ਜਾਂਦਾ। ਪਰ ਸਾਡੇ ਲੋਕ ਹਜੇ ਤੱਕ ਸਿਰਫ ਇਹੀ ਸਮਝਦੇ ਆ ਕਿ ਜਿਹੜਾ ਉਹਨਾਂ ਦੀ ਕੋਈ ਦੇਣ ਆ ਪਹਿਲੀ ਫਿਲਮ ਜਿਹੜੀ ਆ, ਹੈ ਨਾ, ਭਾਰਤੀ ਸਿਨੇਮੇ ਨੂੰ ਦੇਣ ਦੇ ਵਿੱਚ ਜੀ, ਉਹਨਾਂ ਦੀ ਦੇਣ ਹੈ। ਪਰ ਜੇਕਰ ਸਰਸਵਤੀ ਬਾਈ ਫਾਲਕੇ ਨਾ ਹੁੰਦੇ ਤਾਂ ਸ਼ਾਇਦ ਇਹ ਕਦੇ ਵੀ ਸੰਭਵ ਨਹੀਂ ਸੀ ਹੋ ਸਕਦਾ। ਜਦੋਂ ਮੈਂ ਤੁਹਾਨੂੰ ਇਹਨਾਂ ਦੇ ਬਾਰੇ 'ਚ ਦੱਸਿਆ ਤਾਂ ਤੁਸੀਂ ਆਪ ਹੈਰਾਨ ਹੋ ਜਾਓਗੇ, ਮੈਂ ਪੜ੍ਹ ਪੜ੍ਹ ਕੇ ਬਹੁਤ ਹੈਰਾਨ ਸੀ। ਜ਼ਰੂਰ, ਅਸੀਂ ਜਾਣਨਾ ਚਾਹਾਂਗੇ, ਸਾਡੇ ਦਰਸ਼ਕ ਆ, ਤੁਸੀਂ ਦੱਸੋ ਜਲਦੀ ਜਲਦੀ ਜੀ। ਇਹ ਜੇਕਰ ਮੈਂ ਦਾਦਾ ਸਾਹਿਬ ਫਾਲਕੇ ਹੋਰਾਂ ਦੀ ਧਰਮ ਪਤਨੀ ਦੀ ਗੱਲ ਕਰਾਂ ਤਾਂ ਕਹਿੰਦੇ ਵੀ ਜਦੋਂ ਉਹਨਾਂ ਨੇ ਦਾਦਾ ਸਾਹਿਬ ਫਾਲਕੇ ਹੋਰਾਂ ਨੇ ਇਹ ਪਲਾਨ ਬਣਾਇਆ ਸੀ ਕਿ ਉਹਨਾਂ ਨੇ ਫਿਲਮ ਬਣਾਉਣੀ ਹੈ ਤਾਂ ਉਸ ਫਿਲਮ ਦੇ ਲਈ ਆਪਣਾ ਗਹਿਣਾ ਤੱਕ ਵੇਚਿਆ ਸੀ ਸਰਸਵਤੀ ਬਾਈ ਫਾਲਕੇ ਨੇ। ਕਮਾਲ ਕਿ ਤੁਸੀਂ ਕੰਮ ਕਰੋ ਤੇ ਪੈਸੇ ਦੀ ਕਮੀ ਨਹੀਂ ਆਊਗੀ, ਵੀ ਤੁਸੀਂ ਮੇਰੇ ਗਹਿਣੇ ਵੀ ਵੇਚ ਦਿਓ, ਜਿੱਦਾਂ ਦਾ ਮੇਰਾ ਯੋਗਦਾਨ ਚਾਹੀਦਾ ਮੈਂ ਸਾਰਾ ਵਿੱਚ ਪਾਉਂਗੀ, ਤੇ ਇਹ ਕੰਮ ਰੁਕਣਾ ਨਹੀਂ ਚਾਹੀਦਾ ਕਿਸੇ ਵੀ ਹੱਥ ਤੇ। ਔਰ ਕਹਿੰਦੇ ਕਿ ਸਰਸਵਤੀ ਬਾਈ ਫਾਲਕੇ ਹੋਰਾਂ ਨੇ ਕਰ ਲਓ ਵੀ ਤੁਸੀਂ ਵੀ ਕੋਈ ਨਿੱਕੇ ਤੋਂ ਨਿੱਕਾ ਤੇ ਵੱਡੇ ਤੋਂ ਵੱਡਾ ਕੋਈ ਵੀ ਕੰਮ ਐਸਾ ਨਹੀਂ ਸੀ ਜਿਹੜਾ ਨਹੀਂ ਕੀਤਾ ਇਸ ਫਿਲਮ ਦੇ ਬਣਨ ਦੇ ਦੌਰਾਨ। ਇਹਨਾਂ ਨੇ ਕੀ ਕੀਤਾ, ਕਹਿੰਦੇ ਕਿ ਇਹਨਾਂ ਨੇ ਪੂਰਾ ਹੀ ਠਾਣਿਆ ਹੋਇਆ ਸੀ ਵੀ ਫਿਲਮ ਬਣੂਗੀ ਹੀ ਬਣੂਗੀ, ਚਾਹੇ ਜੋ ਮਰਜ਼ੀ ਹੋ ਜੇ। ਉਹਦੇ ਲਈ ਇਹਨਾਂ ਨੇ ਸਿੱਧੇ ਤੌਰ ਦੇ ਉੱਪਰ ਵੀ ਸਹਿਯੋਗ ਦਿੱਤਾ, ਜਿਵੇਂ ਕਿ ਮਿਕਸਿੰਗ ਦਾ ਕੰਮ ਵੇਖਿਆ, ਫਿਰ ਉਸ ਤੋਂ ਬਾਅਦ ਫਿਲਮ ਡਿਵੈਲਪਿੰਗ ਦਾ ਕੰਮ ਵੇਖਿਆ, ਉਸ ਤੋਂ ਬਾਅਦ 'ਚ ਇਹਨਾਂ ਨੇ ਫਿਲਮ ਦੇ ਉੱਪਰ ਜਿਹੜਾ ਕੈਮੀਕਲ ਯੂਜ਼ ਕੀਤਾ ਜਾਂਦਾ ਹੈ ਉਹਦਾ ਕੰਮ ਸਾਰਾ ਇਹਨਾਂ ਨੇ ਆਪਣੇ ਹੱਥੀਂ ਕੀਤਾ। ਉਸ ਤੋਂ ਬਾਅਦ ਵਿੱਚ ਜੇ ਮੈਂ ਅੱਗੇ ਵਧਾਂ ਤਾਂ ਇਹਨਾਂ ਨੇ ਪਰਫੋਰੇਟਿੰਗ ਇੱਕ ਟਰਮ ਹੁੰਦੀ ਆ, ਯਾਨੀ ਕਿ ਜਿਹੜੀ ਫਿਲਮ ਹੁੰਦੀ ਹੈ ਨਾ, ਫਿਲਮ ਸ਼ੀਟ, ਉਹਦੇ ਉੱਪਰ ਮੋਰੀਆਂ ਕਰਨੀਆਂ, ਉਹਦਾ ਕੰਮ ਵੀ, ਹੋਲ ਕਰਨ ਦਾ ਕੰਮ ਵੀ ਇਹਨਾਂ ਨੇ ਕੀਤਾ। ਉਸ ਬਾਅਦ ਸ਼ਾਰਟਸ ਨੂੰ ਜੋੜਨ ਦਾ ਕੰਮ ਵੀ ਇਹਨਾਂ ਨੇ ਕੀਤਾ।
ਉਸ ਤੋਂ ਬਾਅਦ ਤੁਸੀਂ ਗਿਣੀ ਚੱਲੋ। ਮੈਂ ਉਹੀ ਸੋਚ ਰਹੀ ਹਾਂ ਕਿ ਮੈਂ ਆਪਣੀ ਪ੍ਰਤੀਕਿਰਿਆ ਬਾਅਦ ਦੇ ਵਿੱਚ ਦੇਵਾਂ। ਇਹ ਲਿਸਟ ਕਾਫੀ ਲੰਬੀ ਲੱਗਦੀ ਹੈ ਤੇ ਮੈਂ ਤੁਹਾਨੂੰ ਬਿਨਾਂ ਰੋਕ ਕੇ ਜਿਹੜੀ ਅੱਗੇ ਸੁਣਾ। ਇਹ ਤਾਂ ਹਾਲੇ ਉਹ ਕੰਮ ਨੇ ਜਿਹੜੇ ਬਹੁਤ ਵੱਡੇ ਵੱਡੇ ਕੰਮ ਨੇ। ਹਾਲੇ ਜਦੋਂ ਅੱਗੇ 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 ਸੂਚੀ ਵਧੇਗੀ ਤਾਂ ਤੁਸੀਂ ਹੋਰ ਹੈਰਾਨ ਹੋਵੋਗੇ, ਕਿਉਂਕਿ ਫਿਲਮ ਨੂੰ ਜੋੜਨ ਦਾ ਕੰਮ ਇਹਨਾਂ ਨੇ ਕੀਤਾ। ਉਸ ਤੋਂ ਬਾਅਦ ਵਿੱਚ ਇਹਨਾਂ ਨੇ ਕੈਮਰਾ ਅਸਿਸਟੈਂਟ ਦਾ ਕੰਮ ਕੀਤਾ, ਇਹਨਾਂ ਨੇ ਸਪੌਟ ਪਰਸਨ ਦਾ ਕੰਮ ਕੀਤਾ, ਇਹਨਾਂ ਨੇ ਸੂਰਜ ਦੀ ਧੁੱਪ ਦੇ ਵਿੱਚ ਜਿਹੜੇ ਲੋਕ ਰਿਫਲੈਕਟਰ ਲੈ ਕੇ ਖੜੇ ਹੁੰਦੇ ਨੇ ਉਹਦਾ ਕੰਮ ਵੀ ਇਹਨਾਂ ਨੇ ਕੀਤਾ। ਇਹ ਸਾਰੇ ਕੰਮ ਕਰਨ ਤੋਂ ਬਾਅਦ 60-70 ਬੰਦਿਆਂ ਦੀ ਰੋਟੀ ਬਣਾਉਣੀ ਹਰ ਰੋਜ਼, ਉਹਨਾਂ ਨੂੰ ਆਰਾਮ ਕਰਨ ਦੀ ਥਾਂ ਦੇਣੀ, ਉਹਨਾਂ ਸਾਰਿਆਂ ਦੇ ਕੱਪੜੇ ਧੋਣੇ। ਜਦੋਂ ਸਾਰਿਆਂ ਨੇ ਖਾ ਪੀ ਕੇ ਆਰਾਮ ਕਰਨਾ, ਸੌ ਜਾਣਾ, ਤੇ ਫਿਰ ਫਿਲਮ ਦੀ ਕਹਾਣੀ ਅੱਗੇ ਕਿਵੇਂ ਵਧੇ ਉਹਦੇ ਲਈ ਬ੍ਰੇਨ ਸਟਾਰਮਿੰਗ ਕਰਨੀ। ਕਮਾਲ ਕਮਾਲ। ਤੁਹਾਡੀ ਲਿਸਟ ਖਤਮ ਹੋ ਗਈ ਹੈ ਕਿ ਅਜੇ ਬਾਕੀ ਹੈ? ਹਾਲੇ ਬਾਕੀ ਹੈ। ਓ ਅੱਛਾ, ਅਜੇ ਹੋਰ ਬਾਕੀ ਹੈ। ਇਹ ਕਹਿੰਦੇ ਕਿ ਇਹਨਾਂ ਨੂੰ ਨਾ ਪਹਿਲਾਂ ਇਸ ਫਿਲਮ ਦੇ ਵਿੱਚ, ਕਿਉਂਕਿ ਇਹਨਾਂ ਦੀ ਡੈਡੀਕੇਸ਼ਨ ਬਹੁਤ ਜ਼ਿਆਦਾ ਦਿਖਾਈ, ਤੇ ਇਹਨਾਂ ਨੂੰ ਰਾਣੀ ਤਾਰਾਮਤੀ ਦਾ ਰੋਲ ਕਰਨ ਦੇ ਲਈ ਵੀ ਇਹਨਾਂ ਨੂੰ ਆਫਰ ਹੋਈ ਸੀ ਵੀ ਤੁਸੀਂ ਪਰਫੈਕਟ ਹੋ ਉਸ ਰੋਲ ਦੇ ਲਈ, ਤੁਸੀਂ ਇਹ ਰੋਲ ਕਰੋ ਤੇ ਬਹੁਤ ਵਧੀਆ ਹੋਏਗਾ। ਉਹ ਕਹਿੰਦੇ ਉਹਨਾਂ ਦਾ ਸੁਪਨਾ ਸੀ ਹਾਲਾਂਕਿ ਅਦਾਕਾਰੀ ਕਰਨਾ, ਪਰ ਉਹਨਾਂ ਨੇ ਆਪਣੇ ਇਸ ਸੁਪਨੇ ਨੂੰ ਇਸ ਲਈ ਖਤਮ ਕਰ ਦਿੱਤਾ। ਉਹ ਕਹਿੰਦੇ ਕਿ ਜੇਕਰ ਮੈਂ ਹੀ ਅਦਾਕਾਰੀ ਕਰਨ ਲੱਗ ਗਈ ਤੇ ਜਿਹੜੇ ਬਾਕੀ ਦੇ ਕੰਮ ਆ ਫਿਰ ਉਹ ਕੌਣ ਕਰੂਗਾ? ਕਮਾਲ ਹੈ ਜੀ। ਇਸ ਲਈ ਕਹਿੰਦੇ ਮੈਂ ਕੋਈ ਵੀ ਰੋਲ ਨਹੀਂ ਕਰੂੰਗੀ, ਤੁਸੀਂ ਫਿਲਮ ਕਰੋ ਜਿੱਥੇ ਇੱਥੇ ਬਸ ਮੇਰੀ ਲੋੜ ਆ ਤੇ ਮੈਂ ਆਪਣਾ ਯੋਗਦਾਨ ਪੂਰਨ ਤੌਰ ਦੇ ਉੱਪਰ ਦਊਂਗੀ। ਸੋ ਇਹ ਕਿਹਾ ਜਾਂਦਾ ਹੈ ਕਿ ਜੇਕਰ ਸਰਸਵਤੀ ਬਾਈ ਫਾਲਕੇ ਨਾ ਹੁੰਦੇ ਤਾਂ ਸ਼ਾਇਦ ਅੱਜ ਜਿਹੜੀ ਡਾਇਰੈਕਸ਼ਨ ਦੇ ਵਿੱਚ ਭਾਰਤੀ ਸਿਨੇਮਾ ਜਾ ਰਿਹਾ ਇਹ ਕਦੇ ਹੋਣਾ ਹੀ ਨਹੀਂ ਸੀ ਸੰਭਵ। ਤੁਸੀਂ ਦੇਖੋ ਵੀ ਇਹ ਜਿਹੜੀ ਚੀਜ਼ ਹੈਗੀ ਆ ਅਸਲ ਗੱਲ ਆ। ਕਹਿੰਦੇ ਹੁੰਦੇ ਨਾ ਵੀ ਹਰ ਕਾਮਯਾਬ, ਤੁਸੀਂ ਪਹਿਲਾਂ ਹੀ ਬੋਲ ਸੀ, ਕਾਮਯਾਬ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਨਾ, ਤੇ ਇਹ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਣਾ ਚੁੱਪ ਚਾਪ ਉਹਨਾਂ ਨੇ ਕਿੰਨਾ ਯੋਗਦਾਨ ਦਿੱਤਾ ਤੇ ਸਾਡੇ ਜਿਹੜੇ ਸਿਨੇਮਾ ਭਾਰਤੀ ਸਿਨੇਮੇ ਨੂੰ ਇੱਕ ਪਹਿਲੀ ਫਿਲਮ ਮਿਲੀ ਹੈ ਨਾ। ਦੂਜੀ ਚੀਜ਼ ਉਹਨਾਂ ਔਰਤਾਂ ਦੇ ਲਈ ਜਿਨ੍ਹਾਂ ਨੂੰ ਆਮ ਤੌਰ 'ਤੇ ਕਹਿ ਦਿੱਤਾ ਜਾਂਦਾ ਵੀ ਬੰਦੇ ਨੇ ਹੁੰਦਾ ਕਿ ਮੈਂ ਇਹ ਕੰਮ ਕਰਨਾ ਚਾਹੁੰਦਾ ਸੀ ਤੇ ਮੈਨੂੰ ਜਿਹੜੀ ਘਰੋਂ ਸਪੋਰਟ ਨਹੀਂ ਮਿਲੀ, ਜਾਂ ਆਮ ਤੌਰ 'ਤੇ ਜਿਸ ਸਮੇਂ ਦੇ ਵਿੱਚ ਇਹਨਾਂ ਨੇ ਐਡਾ ਵੱਡਾ ਰਿਸਕ ਲਿਆ ਹੈ ਨਾ ਫਾਲਕੇ ਸਾਹਿਬ ਨੇ, ਤੇ ਉਸ ਵੇਲੇ ਇਸ ਬੀਬੀ ਨੇ ਸ਼ਾਇਦ ਸਾਡੀਆਂ ਆਮ ਔਰਤਾਂ ਵਾਂਗੂ ਇਹ ਕਹਿਣਾ ਸੀਗਾ ਵੀ ਤੁਸੀਂ ਜਿਹੜਾ ਇੰਨਾ ਪੈਸਾ ਇੰਨਾ ਸਾਰਾ ਕੁਛ ਖਰਾਬ ਕਰ ਦੋਗੇ। ਨਵੇਂ ਤਜਰਬੇ ਹਮੇਸ਼ਾ ਰਿਸਕੀ ਹੁੰਦੇ ਆ। ਦੇਖੋ ਗਹਿਣੇ ਹਰੇਕ ਔਰਤ ਨੂੰ ਪਿਆਰੇ ਹੁੰਦੇ, ਮੈਂ ਉਹੀ ਗੱਲ ਕਹਿ ਰਹੀ ਹਾਂ। ਮੈਨੂੰ ਤਾਂ ਸੱਚੀ ਸਮਝ ਨਹੀਂ ਆਉਂਦੀ ਕਿੱਡਾ ਵੱਡਾ ਜਿਗਰਾ ਹੋਏਗਾ। ਗਹਿਣੇ ਦੇਣੇ, ਆਪਣੀ ਸਾਰੀ ਦਿਮਾਗੀ ਸਰੀਰਕ ਐਨਰਜੀ ਦੇਣੀ ਤੇ ਆਪਣੇ ਆਪ ਨੂੰ ਬਿਲਕੁਲ ਜ਼ੀਰੋ ਕਰਕੇ ਇੰਨੇ, ਤੁਸੀਂ ਇਹ ਦੇਖੋ ਵੀ ਇੰਨੇ ਸਾਰੇ ਕੰਮਾਂ ਦੇ ਲਈ ਅੱਜ ਕੱਲ੍ਹ ਦੀਆਂ ਫਿਲਮਾਂ ਦੇ ਬਜਟ ਵੱਡੇ ਕਾਹਤੋਂ ਆ? ਬਿਲਕੁਲ, ਕਿਉਂਕਿ ਜੇ 10 ਕੰਮਾਂ ਤੇ 10 ਪਰਸਨ ਉਹਦੇ ਲਈ ਅਪਾਇੰਟ ਹਾਇਰ ਕੀਤੇ ਜਾਂਦੇ ਆ, ਬਿਲਕੁਲ ਜੀ, ਤੇ ਇਹ 10-15 ਮੈਨੂੰ ਲੱਗਦਾ 20 ਕੰਮ ਤੁਸੀਂ ਗਿਣਾਤੇ ਹੈ ਨਾ, ਉਹ ਸਾਰੇ ਏਡਾ ਵੱਡਾ ਸਹਿਯੋਗ, ਤੇ ਮੇਰੇ ਖਿਆਲ ਦੇ ਵਿੱਚ ਤਾਂ ਇਹ ਹਰ ਇੱਕ ਪਰਸਨ ਨੂੰ ਜਿਹੜਾ ਪਤਾ ਹੋਣਾ ਚਾਹੀਦਾ, ਤੇ ਏਡੀਆਂ ਏਡੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੇ ਤਾਂ ਖਿਆਲ 'ਚ ਵੀ ਨਹੀਂ ਜਾਂਦਾ, ਤੇ ਇੱਦਾਂ ਦੀ ਹਿਸਟਰੀ ਵੀ ਜਿਹੜੀ ਪੜ੍ਹਨੀ ਚਾਹੀਦੀ ਆ ਕਿ ਬੀਬੀਆਂ ਦਾ ਏਡਾ ਜਿਹੜਾ ਮਾਣ ਮੱਤਾ ਯੋਗਦਾਨ ਹੈਗਾ ਹੈ ਨਾ ਸਾਡੇ ਦੇਸ਼ ਦੇ ਲਈ, ਤੇ ਇਹਨਾਂ ਨੂੰ ਤਾਂ ਮੈਂ ਫਿਰ ਕਹੂੰਗੀ ਕਿ ਇਹਨਾਂ ਲਈ ਤਾਂ ਮੇਰਾ ਸਲਿਊਟ ਹੈ ਜੀ। ਬਾਕੀ ਇਹਨਾਂ ਦੇ ਨਾਂ ਦੇ ਉੱਪਰ ਬਾਅਦ ਦੇ ਵਿੱਚ ਇੱਕ ਪੁਰਸਕਾਰ ਵੀ ਸ਼ੁਰੂ ਕੀਤਾ ਗਿਆ ਸੀ ਜਿਹਦਾ ਨਾਮ ਸਰਸਵਤੀ ਬਾਈ ਫਾਲਕੇ ਅਵਾਰਡ ਜਿਹੜਾ ਉਹ ਰੱਖਿਆ ਗਿਆ। ਸੋ ਮੈਂ ਬੜੀ ਹੈਰਾਨ ਹੋਈ ਇਹਨਾਂ ਦੇ ਬਾਬਤ ਪੜ੍ਹ ਕੇ, ਪਰ ਇੱਥੇ ਹੀ ਬਸ ਨਹੀਂ, ਹਾਲੇ ਤਾਂ ਹੋਰ ਵੀ ਦੋ ਬੀਬੀਆਂ ਨੇ। ਅਗਲੀ ਬੀਬੀ ਵੱਲ ਵਧੀਆ ਜੀ, ਬਿਲਕੁਲ। ਜਿਹੜੀ ਦੂਜੀ ਬੀਬੀ ਆ ਉਹਦਾ ਨਾਂ ਹੈ ਦੇਵਿਕਾ ਰਾਣੀ ਜੀ, ਤੇ ਇਹ ਸਭ ਤੋਂ ਪਹਿਲੀ ਡ੍ਰੀਮ ਗਰਲ ਹੈ। ਪਰ ਮੇਰੇ ਖਿਆਲ ਦੇ ਵਿੱਚ ਹੇਮਾ ਮਾਲਨੀ ਬਾਰੇ ਜਾਣਿਆ ਜਾਂਦਾ ਕਿ ਉਹ ਪਹਿਲੇ ਡ੍ਰੀਮ ਗਰਲ ਸੀਗੇ। ਇਹ ਉਹਨਾਂ ਤੋਂ ਵੀ ਪਹਿਲੇ ਡ੍ਰੀਮ ਗਰਲ ਨੇ, ਕਿਉਂਕਿ ਭਾਰਤੀ ਸਿਨੇਮਾ ਨੂੰ ਵਿਦੇਸ਼ਾਂ ਦੇ ਵਿੱਚ ਪਹਿਚਾਣ ਦਿਵਾਉਣ ਵਾਲੀ ਇਹੀ ਬੀਬੀ ਹੈ। ਲਓ ਜੀ, ਇਹਦੇ ਬਾਰੇ ਵੀ ਸਾਡੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਨਹੀਂ ਪਤਾ ਹੋਊਗਾ ਨਾ ਜੀ, ਜ਼ਰੂਰ ਦੱਸੋ ਇਹਨਾਂ ਬਾਰੇ ਡਿਟੇਲ। ਜਿਹੜੇ ਦੇਵਿਕਾ ਰਾਣੀ ਸੀ ਇਹ ਕਹਿੰਦੇ ਕਿ ਭਾਰਤੀ ਸਿਨੇਮਾ ਦੀ ਪਹਿਲੀ ਡ੍ਰੀਮ ਗਰਲ ਇਹਨਾਂ ਨੂੰ ਹੀ ਕਿਹਾ ਜਾਂਦਾ, ਔਰ ਆਪਣੇ ਸਮੇਂ ਦੇ ਵਿੱਚ ਇਹ ਮਤਲਬ ਉਹਨਾਂ ਵੇਲਿਆਂ ਦੇ ਵਿੱਚ ਅਦਾਕਾਰੀ ਚਾਹੇ ਜਦੋਂ ਕੁੜੀਆਂ ਨੂੰ ਘਰੋਂ ਬਾਹਰ ਵੀ ਨਹੀਂ ਸੀ ਕੱਢਿਆ ਜਾਂਦਾ। ਉਸ ਵੇਲੇ ਇਸ ਕਿੱਤੇ ਨੂੰ ਉਹਨਾਂ ਨੇ ਚੁਣਿਆ ਸੀ, ਔਰ ਇਹ ਇੱਕ ਕਹਿ ਲਓ ਸਭ ਤੋਂ ਵੱਖਰੀ ਸੋਚ ਰੱਖਦੇ ਸੀ, ਅੱਗੇ ਵਧਣ ਦੀ ਸੋਚ ਰੱਖਦੇ ਸੀ। ਕਹਿੰਦੇ ਸੀ ਹਾਲਾਤ ਮਾਹੌਲ ਜਿਹੋ ਜਿਹਾ ਮਰਜ਼ੀ ਹੋਏ, ਮੈਂ ਬਸ ਅੱਗੇ ਵਧਣਾ। ਔਰ ਤੁਸੀਂ ਇਹ ਵੇਖੋ ਕਿ ਸਿਰਫ ਇੱਕ ਐਕਟਰੈਸ ਹੀ ਨਹੀਂ, ਉਸ ਤੋਂ ਇਲਾਵਾ ਇਹ ਇੱਕ ਬਹੁਤ ਵਧੀਆ, ਚਲੋ ਨਾਇਕਾ ਦੇ ਰੂਪ 'ਚ ਤਾਂ ਆਪਾਂ ਇਹਨਾਂ ਨੂੰ ਵੇਖਿਆ, ਨਿਰਦੇਸ਼ਨ ਦੇ ਰੂਪ ਦੇ ਵਿੱਚ ਵੀ ਆਪਾਂ ਇਹਨਾਂ ਨੂੰ ਵੇਖਦੇ ਰਹੇ ਹਾਂ ਕਿ ਇੱਕ ਨਿਰਦੇਸ਼ਕ ਦੇ ਤੌਰ ਦੇ ਉੱਪਰ ਵੀ ਵਧੀਆ ਭੂਮਿਕਾ ਇਹਨਾਂ ਨੇ ਨਿਭਾਈ। ਔਰ ਤੁਸੀਂ ਇਹ ਵੇਖੋ ਕਿ ਇੰਨਾ ਜ਼ਿਆਦਾ ਇਹਨਾਂ ਨੇ ਇੰਨੀਆਂ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕੀਤਾ ਵੀ ਜਿਹੜਾ ਬੰਦਾ ਸੋਚ ਵੀ ਨਹੀਂ ਸਕਦਾ। ਬਹੁਤ ਵਾਰ ਇਹਨਾਂ ਦਾ ਵਿਰੋਧ ਹੋਇਆ, ਲੋਕਾਂ ਨੇ ਬਹੁਤ ਵਾਰ ਇਹਨਾਂ ਨੂੰ ਬਹੁਤ ਕੁਝ ਕਿਹਾ, ਪਰ ਇਹ ਰੁਕੇ ਨਹੀਂ। ਇਹਨਾਂ ਦੀ ਜੇ ਮੈਂ ਗੱਲ ਕਰਾਂ ਤਾਂ ਇਹਨਾਂ ਨੇ ਕਹਿੰਦੇ ਕਿ ਇੱਕ ਜਿਹੜੀ ਨਿਰਮਾਣ ਕੰਪਨੀ ਹੈ ਉਹਦੀ ਵੀ ਮੈਨੇਜਮੈਂਟ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਵੇਖੀ। ਔਰ ਇਹ ਜੇਕਰ ਦਿੱਗਜ ਫਿਲਮਾਂ ਦੀ ਗੱਲ ਕੀਤੀ ਜਾਏ ਤਾਂ 1936 ਦੇ ਵਿੱਚ ਫਿਲਮ ਆਈ ਸੀ ਅਛੂਤ ਕੰਨਿਆ, ਉਸ ਤੋਂ ਬਾਅਦ ਫਿਲਮ ਆਈ ਸੀ 1937 ਦੇ ਵਿੱਚ ਜੀਵਨ ਪ੍ਰਭਾਤ, 1939 ਚ ਫਿਲਮ ਆਈ ਸੀ ਦੁਰਗਾ, ਉਹ ਸਾਰੀਆਂ ਇਹਨਾਂ ਦੀਆਂ ਫਿਲਮਾਂ ਸੀ।
ਤੁਸੀਂ ਇਹ ਦੇਖੋ ਹਰਮਨ ਜੀ, ਮੈਂ ਜਦੋਂ ਸੁਣ ਰਹੀ ਸੀ ਤੇ ਇਹ ਹੈਰਾਨੀ ਵਾਲੀ ਗੱਲ ਆ ਕਿ ਸਾਨੂੰ ਐਂ ਲੱਗਦਾ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਹਨਾ, ਜਿਹੜੀਆਂ ਘਰ ਵੀ ਸੰਭਾਲ ਰਹੀਆਂ, ਬਾਹਰ ਆਫਿਸਾਂ ਦੇ ਵਿੱਚ ਵੀ ਕੰਮ ਕਰ ਰਹੀਆਂ, ਜਾਂ ਫਿਲਮ ਇੰਡਸਟਰੀ ਦੇ ਵਿੱਚ ਐਕਟਿੰਗ ਤੋਂ ਬਿਨਾਂ ਜਿਹੜੇ ਨਾਲ ਹੋਰ ਸੰਬੰਧਿਤ ਚੀਜ਼ਾਂ ਉਹਨਾਂ 'ਤੇ ਵੀ ਧਿਆਨ ਦੇ ਰਹੀਆਂ ਨਾ, ਅਤੇ ਉਹ ਮਤਲਬ ਆਉਣ ਵਾਲੀਆਂ ਕੁੜੀਆਂ ਦੇ ਲਈ ਇੱਕ ਮਿਸਾਲ ਪੇਸ਼ ਕਰ ਰਹੀਆਂ, ਅਤੇ ਇਹ ਸਾਨੂੰ ਪਤਾ ਹੀ ਨਹੀਂ ਹੈ ਕਿ ਕਿੰਨੇ ਸਾਲ ਪਹਿਲਾਂ ਜਦੋਂ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਕੁੜੀ ਕੋਈ ਇਸ ਤਰੀਕੇ ਦੇ ਨਾਲ ਸਾਹਮਣੇ ਆ ਸਕਦੀ ਆ, ਉਸ ਵੇਲੇ ਉਹ ਅੱਜ ਦੇ ਯੁੱਗ ਦੀਆਂ ਕੁੜੀਆਂ ਦੇ ਲਈ ਪਹਿਲਾਂ ਹੀ ਪੈੜਾਂ ਜਿਹੜੀਆਂ ਛੱਡ ਗਏ ਹੋਏ ਆ। ਇਹਨਾਂ ਦਾ ਇੱਕ ਐਡਾ ਵੱਡਾ ਯੋਗਦਾਨ ਆ ਨਾ ਰਮਨ ਜੀ, ਜਿਹੜਾ ਮੈਂ ਤੁਹਾਨੂੰ ਦੱਸਣਾ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਪਰ ਵੇਲਾ ਵਕਫੇ ਦਾ ਹੋ ਗਿਆ, ਆਪਾਂ ਛੋਟਾ ਜਿਹਾ ਵਕਫਾ ਲੈਂਦੇ ਹਾਂ, ਉਸ ਤੋਂ ਬਾਅਦ ਵਿੱਚ ਇਸ ਰਾਜ਼ ਤੋਂ ਜ਼ਰੂਰ ਪਰਦਾ ਚੁੱਕਾਂਗੇ। ਵਕਫੇ ਤੋਂ ਬਾਅਦ ਮੁੜ ਸਵਾਗਤ ਹੈ ਜੀ। ਅਸੀਂ ਗੱਲਬਾਤ ਕਰ ਰਹੇ ਹਾਂ ਇਤਿਹਾਸ ਰਚਣ ਵਾਲੀਆਂ ਮਹਾਨ ਔਰਤਾਂ ਬਾਰੇ ਜੀ। ਸੋ ਹੁਣ ਉਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਦੇਵਿਕਾ ਰਾਣੀ ਦੇ ਬਾਰੇ ਚ, ਔਰ ਜਿਹੜਾ ਮੈਂ ਰਾਜ਼ ਕਿਹਾ ਸੀ ਵੀ ਉਸ ਰਾਜ਼ ਤੋਂ ਮੈਂ ਪਰਦਾ ਚੁੱਕੂੰਗੀ। ਦੇਵਿਕਾ ਰਾਣੀ ਹੋਰਾਂ ਦੇ ਵਿੱਚ ਨਾ ਕਹਿੰਦੇ ਕਿ ਇੱਕ ਟੈਲੈਂਟ ਨੂੰ ਪਛਾਣਨ ਦੀ ਬਹੁਤ ਵੱਡੀ ਸ਼ਮਤਾ ਸੀ। ਜਿਵੇਂ ਕਹਿੰਦੇ ਨਾ ਵੀ ਤੁਰੇ ਜਾਂਦੇ ਬੰਦੇ ਦੇ ਅੰਦਰ ਕਿਹੜੀ ਕਿਹੜੀ ਕਲਾ ਲੁਕੀ ਹੋਈ ਹੈ ਉਹ ਸਾਰੀ ਉਹ ਪਛਾਣ ਲੈਂਦੇ ਹੁੰਦੇ ਸੀ, ਔਰ ਇਸ ਗੱਲ ਦਾ ਸਭ ਤੋਂ ਵੱਡਾ ਜਿਹੜਾ ਪ੍ਰਮਾਣ ਹੈ ਜਾਂ ਸਭ ਤੋਂ ਵੱਡਾ ਪ੍ਰੂਫ ਆ ਜਿਹੜਾ ਉਹ ਇਹ ਹੈ ਕਿ ਚਾਹੇ ਮੈਂ ਗੱਲ ਕਰ ਲਵਾਂ ਅਸ਼ੋਕ ਕੁਮਾਰ ਦੀ, ਚਾਹੇ ਮੈਂ ਗੱਲ ਕਰ ਲਵਾਂ ਮਧੂਬਾਲਾ ਦੀ, ਚਾਹੇ ਮੈਂ ਗੱਲ ਕਰ ਲਵਾਂ ਰਾਜ ਕਪੂਰ ਦੀ, ਚਾਹੇ ਮੈਂ ਗੱਲ ਕਰ ਲਵਾਂ ਦਲੀਪ ਕੁਮਾਰ ਦੀ, ਇਹ ਸਾਰੇ ਦੇ ਸਾਰਿਆਂ ਦਾ ਕਰੀਅਰ ਜਿਹੜਾ ਹੈ ਉਹ ਦੇਵਿਕਾ ਰਾਣੀ ਦੇ ਹੱਥੇ ਹੀ ਪ੍ਰਵਾਨ ਚੜਿਆ ਸੀ। ਕਮਾਲ ਦੀ ਗੱਲ ਆ। ਤੇ ਤੁਸੀਂ ਦੇਖੋ ਵੀ ਇਹ ਸਾਰੇ ਸਾਰੇ ਉਹ ਨਾਮ ਹੈ ਜਿਨ੍ਹਾਂ ਦੇ ਯੋਗਦਾਨ ਨੂੰ ਜੇ ਦੇਖੀਏ ਭਾਰਤੀ ਇੰਡਸਟਰੀ ਦੇ ਵਿੱਚ, ਹਾਂ, ਤੇ ਆਪਣੇ ਆਪ ਹੀ ਜਿਹੜਾ ਸਿਰ ਹੈਗਾ ਵਾ ਸੱਜ ਦੇ ਵਿੱਚ ਝੁਕ ਜਾਂਦਾ ਹੈ ਨਾ, ਕਿ ਕਮਾਲ ਦੀ ਉਹਨਾਂ ਦੀ ਜਿਹੜੀ ਹੈਗੀ ਆ ਦੇਣ ਹੈ। ਤੇ ਇਹ ਬੀਬੀ ਤਾਂ ਵਾਕਈ ਕਹਿੰਦੇ ਵੀ ਛੁਪੇ ਰੁਸਤਮ ਸੀਗੇ, ਤੇ ਜਾਂ ਕਹਿ ਸਕਦੇ ਵੀ ਜਾਦੂਗਰ ਸੀ ਨਾ। ਜੀ, ਔਰ ਤੁਸੀਂ ਇਹ ਵੇਖੋ ਕਿ ਜਦੋਂ ਦਾਦਾ ਸਾਹਿਬ ਫਾਲਕੇ ਅਵਾਰਡ ਸ਼ੁਰੂ ਕੀਤਾ ਗਿਆ ਸੀ ਭਾਰਤ ਸਰਕਾਰ ਦੇ ਵੱਲੋਂ, ਔਰ ਤੁਸੀਂ ਇਹ ਵੇਖੋ ਕਿ ਜਦੋਂ ਹਲੇ ਭਾਰਤ ਸਰਕਾਰ ਨੇ 1969 ਦੇ ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਸ਼ੁਰੂ ਹੀ ਕੀਤਾ ਸੀ, ਤਾਂ ਉਹਦੀ ਸਭ ਤੋਂ ਪਹਿਲੀ ਵਿਨਰ ਦੇਵਿਕਾ ਰਾਣੀ ਸੀ। ਕਿਆ ਬਾਤ ਹੈ, ਔਰ ਇਹੀ ਉਹ ਸਭ ਤੋਂ ਪਹਿਲੀ ਔਰਤ ਸੀ ਜਿਹਨੂੰ ਪਦਮ ਸ਼੍ਰੀ ਦੇ ਨਾਲ ਨਵਾਜ਼ਿਆ ਗਿਆ ਸੀ। ਤੁਸੀਂ ਦੇਖੋ ਵੀ ਅੱਜ ਜਿਵੇਂ ਦੀਆਂ ਤੁਸੀਂ ਗੱਲਾਂ ਦੱਸ ਰਹੇ ਨਾ, ਔਰ ਜਿਹੜੀਆਂ ਮਹਾਨ ਔਰਤਾਂ ਬਾਰੇ ਕਹਿ ਰਹੇ, ਮੇਰੇ ਕੋਲੇ ਅਲਫਾਜ਼ ਮੁੱਕਦੇ ਜਾ ਰਹੇ ਆ ਕਿ ਮੈਂ ਆਪਣੀ ਪ੍ਰਤੀਕਿਰਿਆ ਕਿਵੇਂ ਦੇਵਾਂ। ਜਦੋਂ ਮੈਂ ਕਿਉਂਕਿ ਗੱਲ ਇਹ ਆ ਨਾ ਕਿ ਮੈਂ ਵੀ ਪਹਿਲਾਂ ਇਹਨਾਂ ਦੇ ਬਾਰੇ 'ਚ ਨਹੀਂ ਜਾਣਦੀ ਸੀ ਰਮਨ ਜੀ, ਜਦੋਂ ਮੈਂ ਇਹਨਾਂ ਦੇ ਬਾਬਤ ਪੜ੍ਹਿਆ ਤੇ ਮੈਨੂੰ ਆਪਣੇ ਆਪ 'ਤੇ ਬੜੀ ਸ਼ਰਮ ਵੀ ਆਈ ਤੇ ਬੜੀ ਹੈਰਾਨੀ ਵੀ ਹੋਈ ਵੀ ਇੰਨੀਆਂ ਮਹਾਨ ਔਰਤਾਂ ਜਿਹਨਾਂ ਬਾਰੇ ਅਸੀਂ ਜਾਣਦੇ ਹੀ ਨਹੀਂ। ਤੁਸੀਂ ਦੇਖੋ ਵੱਡਾ ਇਹ ਇੱਕ ਮਾਣਮੱਤਾ ਇਤਿਹਾਸ ਆ, ਤੇ ਇਹਦੇ ਤੋਂ ਜਾਣੂ ਕਰਵਾਉਣਾ ਜਾਂ ਹੋਣਾ ਸਾਡਾ ਫਰਜ਼ ਹੈ, ਤੇ ਅਸੀਂ ਅੱਜ ਉਹ ਮੇਰੇ ਖਿਆਲ 'ਚ ਦੇਰ ਨਾਲ ਹੀ ਸਹੀ ਫਰਜ਼ ਅਦਾ ਕਰ ਰਹੇ ਹਾਂ। ਜੀ, ਤੁਸੀਂ ਵੇਖੋ ਵੀ ਸਭ ਤੋਂ ਪਹਿਲੀ ਇਹ ਔਰਤ ਬਣੀ ਜਿਹਨੂੰ ਕਿ ਪਦਮ ਸ਼੍ਰੀ ਦੇ ਨਾਲ ਵੀ ਨਵਾਜ਼ਿਆ ਗਿਆ ਸੀ, ਔਰ ਹਾਲਾਂਕਿ 9 ਮਾਰਚ 1994 ਨੂੰ ਭਾਰਤੀ ਸਿਨੇਮਾ ਦੇ ਵਿੱਚ ਕਹਿੰਦੇ ਕਿ ਇੱਕ ਬੜਾ ਵੱਡਾ ਕਹਿ ਲਓ ਵੀ ਸੋਗ ਦਾ ਦਿਨ ਮੰਨਿਆ ਗਿਆ, ਕਿਉਂਕਿ ਇਸ ਦਿਨ ਅਸੀਂ ਇਹਨਾਂ ਨੂੰ ਗਵਾ ਦਿੱਤਾ ਸੀ, ਇਸ ਦਿਨ ਇਸ ਦੁਨੀਆ ਨੂੰ ਛੱਡ ਗਏ ਸੀ, ਪਰ ਯੋਗਦਾਨ ਬਹੁਤ ਵੱਡਾ ਸੀ। ਤੁਸੀਂ ਦੇਖੋ ਵੀ ਕੁਛ ਲੋਕ ਆਪਣੀ ਜ਼ਿੰਦਗੀ ਨੂੰ ਹੀ ਇੱਕ ਪੂਰਾ ਜਿਹੜਾ ਕਹਿ ਸਕਦੇ ਹਾਂ ਕਿ ਫਿਲਮ ਦੀ ਤਰ੍ਹਾਂ ਹਨਾ ਪੇਸ਼ ਕਰਕੇ ਜਾਂਦੇ ਆ ਕਿ ਜਿਹਦੇ ਤੋਂ ਸਾਨੂੰ ਇੱਕ ਸੇਧ ਮਿਲਦੀ ਆ, ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋ ਸਾਨੂੰ ਕੁੜੀਆਂ ਨੂੰ ਕਿੰਨਾ ਫਖਰ ਹੋ ਸਕਦਾ ਨਾ, ਸਾਡੀ ਔਰਤਾਂ ਦੇ ਇਤਿਹਾਸ ਦੇ ਵਿੱਚ ਕਿੱਡੇ ਵੱਡੇ ਨਾਮ ਆ ਤੇ ਕਿੱਡੀ ਵੱਡੀ ਦੇਣ ਹੈਗੀ ਆ ਇੰਡਸਟਰੀ ਨੂੰ, ਕਿਉਂਕਿ ਇੰਡਸਟਰੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਕੰਮ ਕਰ ਰਹੀ ਹੈ ਹਨਾ ਸਮਾਜ ਦੇ ਵਿੱਚ, ਜਾਂ ਫੋਰਨ ਦੇ ਲੋਕ ਵੀ ਜਾਂ ਫੋਰਨ ਵਾਲੀਆਂ ਇੰਡਸਟਰੀਜ਼ ਵੀ ਸਾਡੇ ਵੱਲ ਦੇਖਦੀਆਂ, ਤੇ ਉਹਦੇ ਵਿੱਚ ਐਡੇ ਵੱਡੇ ਯੋਗਦਾਨ ਜੇ ਔਰਤਾਂ ਦੇ ਆ ਤੇ ਸਾਡੇ ਲਈ ਕਿੰਨੀ ਜ਼ਿਆਦਾ ਮਾਣ ਵਾਲੀ ਗੱਲ ਜੀ। ਤੇ ਇਹ ਹਾਲੇ ਮੈਂ 2 ਔਰਤਾਂ ਬਾਰੇ ਦੱਸਿਆ, ਹਾਲੇ 3ਜੀ ਬੀਬੀ ਬਾਕੀ ਹੈ। ਓ, ਅੱਜ ਲਿਸਟ ਕਾਫੀ ਲੰਬੀ ਹੈ ਨਾ ਜੀ, ਬਹੁਤ ਲੰਬੀ ਹੈ, ਉਹਨਾਂ ਬਾਰੇ ਵੀ ਦੱਸ। ਤੀਸਰੀ ਬੀਬੀ ਹੈ ਜੀ ਫਾਤਿਮਾ ਬੇਗਮ ਜੀ, ਇਹ ਉਹ ਬੀਬੀ ਹੈ ਜਿਹਨੇ ਕਿ ਜੇ ਮੈਂ ਸਨਅਤ ਦੀ ਗੱਲ ਕਰਾਂ, ਫਿਲਮ ਇੰਡਸਟਰੀ ਦੀ ਗੱਲ ਕਰਾਂ, ਤਾਂ ਇਹ ਫਿਲਮ ਇੰਡਸਟਰੀ ਦੇ ਬੂਹੇ ਔਰਤਾਂ ਦੇ ਲਈ ਖੁੱਲ੍ਹਣ ਵਾਲੀ ਇਹ ਪਹਿਲੀ ਬੀਬੀ ਹੈ। ਅੱਜ ਸਾਰੀਆਂ ਹੀ ਬੀਬੀਆਂ ਜਿਹੜੀਆਂ ਉਹ ਆਪਣੇ ਆਪਣੇ ਕਿੱਤੇ ਦੇ ਵਿੱਚ ਪਹਿਲੀਆਂ ਜਿਹੜੇ ਸਥਾਨਾਂ ਦੇ ਉੱਤੇ ਬੈਠੀਆਂ ਹੋਈਆਂ। ਜੀ, ਤੁਸੀਂ ਇਹ ਵੇਖੋ ਕਿ ਜਿਹੜੇ ਬੀਬੀ ਜੀ ਨੇ ਇਹਨਾਂ ਨੇ ਕਹਿੰਦੇ ਵੀ ਜਿਹੜੇ ਵੇਲਿਆਂ ਦੇ ਵਿੱਚ ਨਾ ਔਰਤਾਂ ਸਿਰਫ ਕਹਿ ਲਓ ਵੀ ਅਦਾਕਾਰੀ ਹੀ ਕਰਦੀਆਂ ਹੁੰਦੀਆਂ ਸੀ, ਫਿਲਮਾਂ 'ਚ ਐਜ਼ ਅ ਹੀਰੋਇਨ ਹੀ ਆਉਂਦੀਆਂ ਹੁੰਦੀਆਂ ਸੀ, ਉਸ ਵੇਲੇ ਦੇ ਵਿੱਚ ਇਹ ਬੀਬੀ ਪਹਿਲੀ ਮਹਿਲਾ ਨਿਰਦੇਸ਼ਕ ਬਣੀ, ਯਾਨੀ ਕਿ ਡਾਇਰੈਕਟਰ ਬਣੀ। ਕਿਆ ਬਾਤ ਹੈ ਹਨਾ, ਵੀ ਕੁਛ ਵੱਖਰਾ ਲੀਹੋਂ ਹਟ ਕੇ ਕੀਤਾ ਇਹਨਾਂ ਨੇ। ਔਰ ਤੁਸੀਂ ਇਹ ਵੇਖੋ ਕਿ ਇਹਨਾਂ ਨੇ ਕਹਿੰਦੇ ਜਦੋਂ ਉਹ ਕੰਮ ਆਪਣੇ ਹੱਥਾਂ ਦੇ ਵਿੱਚ ਲਿਆ ਤੇ ਬਹੁਤ ਬਾਖੂਬੀ ਉਸ ਕੰਮ ਨੂੰ ਨਿਭਾਇਆ, ਔਰ ਇਹਨਾਂ ਨੇ ਕਹਿ ਲਓ ਵੀ ਡਾਇਰੈਕਸ਼ਨ ਤੋਂ ਇਲਾਵਾ ਐਕਟਿੰਗ ਦੇ ਵਿੱਚ ਤੇ ਰਾਈਟਿੰਗ ਦੇ ਵਿੱਚ ਵੀ ਬਹੁਤ ਜ਼ਿਆਦਾ ਨਾਮਣਾ ਖੱਟਿਆ ਹੋਇਆ। ਔਰ ਇਹਨਾਂ ਨੇ ਕਹਿੰਦੇ ਵੀ ਆਪਣਾ ਇੱਕ ਬੈਨਰ, ਆਪਣਾ ਖੁਦ ਦੇ ਲਈ ਇੱਕ ਬੈਨਰ ਬਣਾਇਆ ਜਿਹਦਾ ਨਾਂ ਸੀ ਫਾਤਿਮਾ ਫਿਲਮਸ ਜੀ, ਔਰ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਉਹਦੇ ਤਹਿਤ ਹੀ ਉਸ ਬੈਨਰ ਦੇ ਹੇਠਾਂ ਹੀ 1926 ਦੇ ਵਿੱਚ ਬੁਲਬੁਲੇ ਪੇਰਿਸਤਾਨ ਨਾਮ ਦੀ ਇੱਕ ਫਿਲਮ ਜਿਹੜੀ ਹੈ ਉਹਦੀ ਉਹਨੂੰ ਡਾਇਰੈਕਸ਼ਨ ਦਿੱਤੀ ਸੀ। ਉਸ ਤੋਂ ਬਾਅਦ ਵਿੱਚ 1928 ਦੇ ਵਿੱਚ ਇਹਨਾਂ ਦੀ ਜਿਹੜੀ ਕੰਪਨੀ ਹੈ ਉਹ ਵਿਕਟੋਰੀਆ ਫਾਤਿਮਾ ਫਿਲਮਸ ਦੇ ਨਾਮ ਦੇ ਨਾਲ ਮਸ਼ਹੂਰ ਹੋ ਗਈ ਸੀ। ਅੱਗੇ ਵੱਧਦੇ ਵੱਧਦੇ ਜਿਵੇਂ ਸਮਾਂ ਬੀਤਦਾ ਗਿਆ ਤੇ ਇਹਨਾਂ ਦਾ ਇੱਕ ਦਬਦਬਾ ਜਿਹੜਾ ਹੈ ਉਹ ਬਾਲੀਵੁੱਡ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ। ਔਰ ਤੁਸੀਂ ਇਹ ਵੇਖੋ ਕਿ ਕਹਿੰਦੇ ਇਹਨਾਂ ਨੇ ਆਪਣੀ ਫਿਲਮਾਂ
ਇੱਕ ਜ਼ਿਆਦਾ ਇੱਕ ਡੈਡੀਕੇਸ਼ਨ ਦੇ ਨਾਲ ਹੈ ਨਾ ਵੀ ਸਾਰੀਆਂ ਸਮੱਸਿਆਵਾਂ ਨੂੰ ਪਾਸੇ ਕਰਕੇ ਇੰਨੀ ਕੁ ਡੈਡੀਕੇਸ਼ਨ ਦੇ ਨਾਲ ਇਹਨਾਂ ਨੇ ਆਪਣੀਆਂ ਫਿਲਮਾਂ ਜਿਹੜੀਆਂ ਬਣਾਈਆਂ ਕਿ ਉਹਨਾਂ ਵੇਲਿਆਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਫੋਰਨ ਦੀਆਂ ਟੈਕਨੀਕਸ ਸੀਗੀਆਂ ਮਹਿੰਗੀਆਂ ਮਹਿੰਗੀਆਂ ਟੈਕਨੀਕਸ ਉਹਨਾਂ ਦੀ ਮਦਦ ਲੈ ਕੇ ਫਿਲਮਾਂ ਦਾ ਨਿਰਦੇਸ਼ਕ ਕੀਤਾ ਸੀ। ਕਿਆ ਬਾਤ ਹੈ। ਔਰ ਤੁਸੀਂ ਵੇਖੋ ਕਿ ਇਹਨਾਂ ਨੇ ਕਹਿੰਦੇ ਕਿ ਉਹ ਸਾਰੀਆਂ ਵਿਦੇਸ਼ੀ ਤਕਨੀਕਾਂ ਵਿੱਚ ਸ਼ਾਮਲ ਕੀਤੀਆਂ, ਉਸ ਬਾਅਦ ਸਪੈਸ਼ਲ ਜਿਹੜੇ ਇਫੈਕਟ ਸੀ ਉਹਦਾ ਪ੍ਰਯੋਗ ਇਹਨਾਂ ਨੇ ਕੀਤਾ ਸੀ। ਓ ਮਾਈ ਗੋਡ, ਮਤਲਬ ਕਿੰਨੀ ਹੈਰਾਨੀ ਵਾਲੀ ਗੱਲ ਆ। ਅੱਜ ਜੇ ਫਿਲਮ ਇੰਡਸਟਰੀ ਦੇ ਵਿੱਚ ਦੇਖਿਆ ਜਾਵੇ ਤੇ ਅੱਜ ਸਾਡੇ ਵੀ ਬਹੁਤ ਸਾਰੇ ਦਰਸ਼ਕਾਂ ਨੂੰ ਇਹ ਪਤਾ ਲੱਗ ਕੇ ਹੈਰਾਨੀ ਹੋਈ ਹੋਊਗੀ ਕਿ ਕਿੰਨੀਆਂ ਸਾਰੀਆਂ ਜਿਹੜੀਆਂ ਦੇਣ ਆ ਹੈਗੀਆਂ ਹਨਾ। ਸਾਨੂੰ ਲੱਗਦਾ ਕਿ ਸਾਡੀ ਇੰਡਸਟਰੀ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਔਰ ਸਿਨੇਮੇ ਦੇ ਵਿੱਚ ਤਾਂ ਹਮੇਸ਼ਾ ਹੀ ਨਵੇਂ ਪ੍ਰਯੋਗ ਹੁੰਦੇ ਰਹਿੰਦੇ ਆ ਤੇ ਉਹਦੇ ਵਿੱਚੋਂ ਮੈਨੂੰ ਲੱਗਦਾ ਹੀ ਨਹੀਂ ਵੀ ਕੋਈ ਚੀਜ਼ ਬਚੀ ਹੈ ਜਿਹੜੀ ਬੀਬੀਆਂ ਨੇ ਨਹੀਂ ਸ਼ੁਰੂ ਕੀਤੀ ਹੋਵੇ। ਔਰ ਤੁਸੀਂ ਇਹ ਵੇਖੋ ਵੀ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਬਿਗ ਬਜਟ ਮੂਵੀਜ਼ ਦੀ ਗੱਲ ਕੀਤੀ ਹੈ, ਅੱਜ ਆਪਾਂ ਕਹਿੰਦੇ ਹਾਂ ਨਾ ਵੀ ਇੰਨਾ ਬਜਟ ਆ ਫਿਲਮ ਦਾ, ਇੰਨਾ ਬਜਟ ਆ, ਤਾਂ ਬਿਗ ਬਜਟ ਮੂਵੀਜ਼ ਦੀ ਸ਼ੁਰੂਆਤ ਵੀ ਫਾਤਿਮਾ ਬੇਗਮ ਨੇ ਹੀ ਕੀਤੀ ਸੀ। ਓ ਮਾਈ ਗੋਡ, ਜਿਸ ਵੇਲੇ ਸਾਰਾ ਕੁਝ ਕੋਈ ਰਿਕਾਰਡ ਬਚਿਆ ਜਿਹੜਾ ਬੀਬੀਆਂ ਦੇ ਨਾਮ ਨਹੀਂ ਹੈਗਾ। ਔਰ ਤੁਸੀਂ ਇਹ ਵੇਖੋ ਇਹਨਾਂ ਦੀ ਜਿਹੜੀ ਪਹਿਲੀ ਡਾਇਰੈਕਟੋਰੀਅਲ ਲੈਵਲ ਦੇ ਉੱਪਰ ਜੇ ਮੈਂ ਵੇਖਾਂ ਹਨਾ ਵੀ ਐਜ਼ ਅ ਡਾਇਰੈਕਟਰ ਜਿਹੜੀ ਪਹਿਲੀ ਇਹਨਾਂ ਦੀ ਡੈਬਿਊ ਫਿਲਮ ਸੀ ਉਹਦੇ ਉੱਪਰ ਇਹਨਾਂ ਨੇ ਬਹੁਤ ਜ਼ਿਆਦਾ ਰਕਮ ਖਰਚ ਕੀਤੀ ਸੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵਿਦੇਸ਼ੀ ਤਕਨੀਕ ਤੇ ਸਪੈਸ਼ਲ ਇਫੈਕਟ ਸਾਰਾ ਕੁਝ ਉਹ 'ਚ ਪਾਇਆ ਗਿਆ ਸੀ। ਔਰ ਇਸ ਫਿਲਮ ਤੋਂ ਪਹਿਲਾਂ 1924 ਦੇ ਵਿੱਚ ਸੀਤਾ ਸਰਦਾਵਾ, ਉਸ ਤੋਂ ਇਲਾਵਾ ਪ੍ਰਿਥਵੀ ਬੱਲਭ, ਕਾਲਾ ਨਾਗ ਤੇ ਗੁੱਲੇ ਬਕਵਾਲੀ, ਇਹ ਉਸ ਤੋਂ ਇਲਾਵਾ 1925 ਦੇ ਵਿੱਚ ਮੁੰਬਈ ਨੀ ਮੋਹਨੀ, ਇਹੋ ਜਿਹੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ ਆਪਣੀ ਅਦਾਕਾਰੀ ਦਾ ਜਾਦੂ ਵੀ ਦਿਖਾਇਆ ਸੀ। ਬਾਕੀ ਬੀਬੀਆਂ ਦੇ ਲਈ ਵੀ ਰਾਹ ਸੌਖਾ ਕਰ ਦਿੱਤਾ, ਇਹਨਾਂ ਨੂੰ ਵੇਖ ਕੇ ਬਾਕੀਆਂ ਦੇ ਵਿੱਚ ਵੀ ਹਿੰਮਤ ਆਈ ਸੀ ਵੀ ਅਸੀਂ ਵੀ ਡਾਇਰੈਕਸ਼ਨ ਦੇ ਕੰਮ ਦੇ ਵਿੱਚ ਜਾਂ ਹੋਰ ਜਿਹੜੇ ਕੰਮ ਨੇ ਇਸ ਸਨਅਤ ਦੇ ਵਿੱਚ ਉਹਨਾਂ ਦੇ ਵਿੱਚ ਹੱਥ ਅਜ਼ਮਾ ਸਕਦੀਆਂ। ਤਿੰਨੇ ਹੀ ਬੀਬੀਆਂ ਨੇ ਸਾਰੀਆਂ ਜਿਹੜੀਆਂ ਕੁੜੀਆਂ ਜਿਹੜੀਆਂ ਆਨ ਆਲ ਟਾਈਮ 'ਚ ਜਾਂ ਹੁਣ ਅਸੀਂ ਜਿਹੜਾ ਕੁਛ ਕਰ ਰਹੀ ਹਾਂ ਨਾ ਤੇ ਉਹਦੇ ਉਹਨਾਂ ਦੇ ਲਈ ਰਾਹ ਖੋਲਿਆ। ਤੁਸੀਂ ਦੇਖੋ ਵੀ ਹਰ ਪਹਿਲੇ ਨੰਬਰ ਦੇ ਉੱਤੇ ਇਹਨਾਂ ਦਾ ਨਾਮ ਹੈ ਤੇ ਇਹ ਬਹੁਤ ਸਾਰੀਆਂ ਜਿਹੜੀਆਂ ਵੰਨਗੀਆਂ ਹੈਗੀਆਂ ਫਿਲਮ ਪ੍ਰੋਡਕਸ਼ਨ ਦੇ ਵਿੱਚ ਹੁੰਦੀਆਂ ਜਾਂ ਫਿਲਮ ਇੰਡਸਟਰੀ ਦੇ ਵਿੱਚ ਹੁੰਦੀਆਂ ਨਾ ਤੇ ਬਹੁਤ ਸਾਰੇ ਖਿਤਾਬ ਇਹਨਾਂ ਦੇ ਨਾਮ ਹੈਗੇ ਆ। ਦੇਖੋ ਮੈਂ ਨਾ ਹਮੇਸ਼ਾ ਸੋਚਦੀ ਹੁੰਦੀ ਰਮਨ ਜੀ ਵੀ ਜਿਵੇਂ ਮੋਸਟਲੀ ਲੋਕਾਂ ਦੀ ਇਹ ਸੋਚ ਹੁੰਦੀ ਹੈ ਵੀ ਕੁੜੀਆਂ ਸਿਰਫ ਹੁਸਨ ਦੇ ਜਲਵੇ ਬਖੇਰ ਸਕਦੀਆਂ ਨੇ, ਸਿਰਫ ਅਦਾਕਾਰੀ ਕਰ ਸਕਦੀਆਂ ਨੇ, ਦਿਮਾਗੀ ਕੰਮ ਜਿਹੜਾ ਉਹ ਕੁੜੀਆਂ ਤੋਂ ਹੁੰਦਾ ਨਹੀਂ, ਬਿਊਟੀ ਵਿਦ ਬ੍ਰੇਨਸ ਬਹੁਤ ਘੱਟ ਹੈ ਹਨਾ, ਵੀ ਜਿਹੜੀ ਕੁੜੀ ਦੇ ਵਿੱਚ ਦਿਮਾਗ ਵੀ ਹੋਵੇ ਸੋਹਣੀ ਵੀ ਹੋਵੇ ਇਹ ਆਮ ਗੱਲਾਂ ਆਪਾਂ ਆਲੇ ਦੁਆਲੇ ਸੁਣ ਲੈਂਦੇ ਹਾਂ, ਪਰ ਇਹਨਾਂ ਤਿੰਨਾਂ ਨੇ ਉਹਨਾਂ ਸਾਰੀਆਂ ਧਾਰਨਾਵਾਂ ਨੂੰ ਗਲਤ ਸਾਬਤ ਕੀਤਾ ਵੀ ਨਹੀਂ। ਇਹਨਾਂ ਨੂੰ ਦੇਖ ਕੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਸਾਡਾ ਇਤਿਹਾਸ ਬੜਾ ਅਮੀਰ ਹੈ, ਵੀ ਪਿੱਛੇ ਦੇਖੋ ਥੋੜਾ ਜਿਹਾ ਜੀ, ਅਸੀਂ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ। ਅਸੀਂ ਅੱਜ ਕਹਿੰਦੇ ਹਾਂ ਵੀ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਤੁਰੀਆਂ, ਪਰ ਇਹ ਤਾਂ ਕਦੋਂ ਦੀਆਂ ਤੁਰੀਆਂ ਹੋਈਆਂ। ਤੇ ਜੇ ਹੁਣ ਤੁਸੀਂ ਗੱਲ ਕੀਤੀ ਹੋਈ ਆ ਹਰ ਜਿਹੜੀ ਪਹਿਲੇ ਸਥਾਨ ਦੇ ਉੱਤੇ ਔਰਤ ਹੈ ਨਾ ਕਿ ਇਸ ਕੰਮ ਦੇ ਵਿੱਚ ਉਹਨਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਜਾਂ ਇਹਦੇ ਵਿੱਚ ਉਹ ਪਹਿਲੀ ਔਰਤ ਹੈ ਤੇ ਮੇਰੇ ਕੋਲ ਵੀ ਇੱਕ ਇਦਾਂ ਦੀ ਖਬਰ ਆ, ਉਹਨੂੰ ਆਪਾਂ ਨਾਲ ਹੀ ਲੈ ਲਈਏ ਤੇ ਫਿਰ ਅਸੀਂ ਉਹਦੇ ਬਾਰੇ ਹੈ ਨਾ ਗੱਲਬਾਤ ਕਰਦੇ ਹਾਂ। ਇਹ ਖਬਰ ਬਹੁਤ ਤਾਜ਼ੀ ਹੈਗੀ ਹੈ ਤੇ ਜੰਮੂ ਕਸ਼ਮੀਰ ਦੇ ਵਿੱਚੋਂ, ਜਦੋਂ ਕਿ ਉੱਥੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਵਧੀਆ ਨਹੀਂ ਚੱਲ ਰਹੇ ਉਸ ਵੇਲੇ ਉੱਥੋਂ ਸਾਹਮਣੇ ਆਈ ਹੈ ਨਾ। ਉੱਥੋਂ ਦੀ ਇੱਕ ਲੜਕੀ ਹੈਗੀ ਜੀ ਇਰਮਿਮ ਸ਼ਮੀਮ, ਜਿਹਨਾਂ ਨੇ ਏਮਸ ਦਾ ਜਿਹੜਾ ਐਗਜ਼ਾਮ ਹੈਗਾ ਹਾਸਲ ਕੀਤਾ, ਪਾਸ ਕੀਤਾ ਸੋਰੀ, ਤੇ ਧਨੌਰ ਪਿੰਡ ਦੀ ਉਹ ਰਹਿਣ ਵਾਲੀ ਕੁੜੀ ਹੈ ਜਿਹੜੀ ਬਹੁਤ ਹੀ ਪਛੜੇ ਹੋਏ ਤੇ ਗਰੀਬ ਪਰਿਵਾਰ ਦੀ ਬੇਟੀ ਹੈ ਤੇ ਉਹ ਜਿਹੜੀ ਆਪਣੇ ਜ਼ਿਲ੍ਹੇ ਦੀ ਪਹਿਲੀ ਕੁੜੀ ਬਣੀ ਆ ਜਿਹਨੇ ਇਹ ਐਗਜ਼ਾਮ ਜਿਹੜਾ ਹੈਗਾ ਪਾਸ ਕੀਤਾ। ਜੀ ਮੈਂ ਪੜ੍ਹ ਰਹੀ ਸੀ ਇਹਨਾਂ ਦੇ ਬਾਬਤ, ਕਹਿੰਦੇ ਗੁੱਜਰ ਪਰਿਵਾਰ ਦੀ ਧੀ ਹੈ ਔਰ ਇਹ ਪਹਿਲੀ ਕੁੜੀ ਹੈ ਜਿਹਨੇ MBBS ਦੀ ਪ੍ਰੀਖਿਆ ਜਿਹੜੀ ਉਹ ਪਾਸ ਕੀਤੀ ਔਰ ਮੈਨੂੰ ਇੰਨੀ ਖੁਸ਼ੀ ਹੋਈ ਇਹਨੂੰ ਵੇਖ ਕੇ ਵੀ ਵਾਹ ਇਹ ਕੁੜੀ। ਉਹਨਾਂ ਦੇ ਘਰ ਦੇ ਵਿੱਚ ਪਿੰਡ ਦੇ ਵਿੱਚ ਮਾਹੌਲ ਇੰਨਾ ਕੁ ਜ਼ਿਆਦਾ ਖੁਸ਼ੀ ਵਾਲਾ ਸੀ, ਮਿਠਾਈਆਂ ਨਾਲ ਮੂੰਹ ਮਿੱਠੇ ਕਰਾਏ ਜਾ ਰਹੇ ਸੀ ਤੇ ਸਾਰੇ ਪਾਸੇ ਜਿਹੜੀਆਂ ਖੁਸ਼ੀਆਂ ਖੁਸ਼ੀਆਂ ਹੋਈਆਂ ਹੋਈਆਂ ਸੀ ਨਾ। ਤੁਸੀਂ ਦੇਖੋ ਵੀ ਕਿਸੇ ਵੀ ਫੀਲਡ ਦੇ ਵਿੱਚ ਅਸੀਂ ਕਹਿੰਦੇ ਹੁੰਦੇ ਨਾ ਵੀ ਭੀੜ ਦੇ ਵਿੱਚ ਤੁਰੇ ਜਾਂਦੇ ਲੋਕ ਬਹੁਤ ਸਾਰੇ ਉਸੇ ਰਸਤੇ 'ਤੇ ਤੁਰੇ ਜਾਂਦੇ ਆ, ਪਰ ਇੱਕ ਅਲੱਗ ਸੋਚ ਨਾਲ ਇੱਕ ਅਲੱਗ ਰਸਤਾ ਜਿਹੜਾ ਬਣਾਉਣਾ ਤੇ ਦੂਜਿਆਂ ਦੇ ਲਈ ਵੀ ਇੱਕ ਨਵਾਂ ਜਿਹੜਾ ਹੈਗਾ ਮਾਰਗ ਸਥਾਪਿਤ ਕਰਨਾ ਇਹ ਕਿੱਡੀ ਔਖੀ ਗੱਲ ਆ। ਤੇ ਅੱਜ ਦੀਆਂ ਜਿਹੜੀਆਂ ਬੀਬੀਆਂ ਨੂੰ ਤਾਂ ਸਲਿਊਟ ਵੀ ਮੈਨੂੰ ਐਂ ਲੱਗਦਾ ਵੀ ਛੋਟੀ ਇੱਕ ਚੀਜ਼ ਪੈ ਜਾਂਦੀ ਹੈ ਹਨਾ, ਕਿ ਕਿੰਨੇ ਜ਼ਿਆਦਾ ਸੋਹਣੇ ਤਰੀਕੇ ਨਾਲ ਉਹਨਾਂ ਨੇ ਸਾਡੇ ਲਈ ਰਾਹ ਖੋਲ੍ਹੇ। ਤੇ ਅੱਜ ਜੇ ਦੇਖਿਆ ਜਾਵੇ ਫਿਲਮ ਇੰਡਸਟਰੀ ਦੇ ਵਿੱਚ ਔਰਤਾਂ ਦਾ ਇੱਕ ਬਹੁਤ ਹੀ ਸਤਿਕਾਰਯੋਗ ਸਥਾਨ ਹੈ ਤੇ ਕਿਹੜੇ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਚੁਣੌਤੀ ਭਰਪੂਰ ਰੋਲ ਹੈਗੇ ਆ, ਭੂਮਿਕਾਵਾਂ ਜਿਹੜੀਆਂ ਹੈਗੀਆਂ ਉਹ ਅਦਾ ਕਰ ਰਹੀਆਂ। ਜੀ ਮੈਂ ਤਾਂ ਇਹਨਾਂ ਬਾਰੇ ਪੜ੍ਹ ਰਹੀ ਸੀ ਇਰਮਿਮ ਦੇ ਬਾਰੇ ਚ ਕਿ ਇਹ 10 ਕਿਲੋਮੀਟਰ ਸ਼ਾਇਦ ਹਰ ਰੋਜ਼ ਤੁਰ ਕੇ ਜਾਂਦੇ ਸੀ, 10 ਕਿਲੋਮੀਟਰ ਇਸ ਨੂੰ ਰਸਤਾ ਪੈਂਦਾ ਸੀ ਤੇ ਹੁਣ ਤੱਕ ਜਦ ਤੱਕ ਉਹਦੀ ਪੜ੍ਹਾਈ ਸੀ ਬਹੁਤ ਹੀ ਜ਼ਿਆਦਾ ਜਿਹੜੀਆਂ ਔਖਿਆਈ ਦੇ ਵਿੱਚ ਅਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਸ ਏਰੀਏ ਦੇ ਵਿੱਚ ਉਹ ਰਹਿੰਦੇ ਆ ਜੰਮੂ ਕਸ਼ਮੀਰ ਦੇ ਬਾਰੇ ਅਸੀਂ ਸੋਚ ਕੇ ਹੀ ਸਮਝ ਸਕਦੇ ਹਾਂ ਕਿ ਮਾਹੌਲ ਕਿਵੇਂ ਦਾ ਹੈਗਾ ਹਨਾ। ਤੇ ਉੱਥੇ ਇੱਕ ਬੇਟੀ ਦੇ ਲਈ ਇੱਕ ਬੱਚੀ ਦੇ ਲਈ
ਇੰਨਾ ਉੱਪਰ ਤੱਕ ਜਾਣਾ ਤੇ ਉਹਦਾ ਰਾਹ ਬਿਲਕੁਲ ਵੀ ਆਸਾਨ ਨਹੀਂ ਰਿਹਾ ਹੋਊਗਾ। ਉੱਤੋਂ ਗਰੀਬ ਤੇ ਪਛੜੇ ਪਰਿਵਾਰ ਦੀ ਬੇਟੀ ਤੁਸੀਂ ਵੇਖੋ ਵੀ 10 ਕਿਲੋਮੀਟਰ ਤੁਰ ਕੇ ਰੋਜ਼ ਜਾਣਾ ਪੜ੍ਹਾਈ ਕਰਨ ਦੇ ਲਈ, ਹਨਾ, ਫਿਰ ਉਸ ਤੋਂ ਇਲਾਵਾ ਇੱਕ ਵੱਖਰੀ ਸੋਚ ਨੂੰ ਆਪਣੇ ਅੰਦਰ ਜਨਮ ਦੇਈ ਰੱਖਣਾ, ਹਨਾ, ਵੀ ਅਸੀਂ ਦੀਆਂ ਚੁਣੌਤੀਆਂ ਦੇ ਨਾਲ ਹੀ ਕਈ ਵਾਰੀ ਤਾਂ ਬਹੁਤ ਸਾਰੀਆਂ ਕੁੜੀਆਂ ਦਾ ਮਨ ਟੁੱਟ ਜਾਂਦਾ, ਉਹ ਮਤਲਬ ਇਹੋ ਜੇ ਜਿਹੜੀ ਆ ਮਾਨਸਿਕ ਦਸ਼ਾ ਦੀਆਂ ਸ਼ਿਕਾਰ ਹੋ ਜਾਂਦੀਆਂ ਕਿ ਖੁਆਬ ਖੂਬ ਦੇ ਬਾਰੇ ਸੋਚਣਾ ਤਾਂ ਬਹੁਤ ਦੂਰ ਦਾ, ਬੰਦਾ ਆਪਣੇ ਉਹੀ ਕਹਿੰਦੇ ਹਥਿਆਰ ਸੁੱਟ ਜਾਂਦਾ ਹਾਲਾਤਾਂ ਦੇ ਮੂਹਰੇ ਵੀ ਮੈਂ ਨਹੀਂ ਕਰ ਸਕਦੀ, ਹਾਲਾਤ ਨਹੀਂ ਇਸ ਚੀਜ਼ ਦੀ ਆਗਿਆ ਦਿੰਦੇ, ਪਰਿਵਾਰਕ ਮਾਹੌਲ ਨਹੀਂ ਆਗਿਆ ਦਿੰਦਾ, ਪਰ ਇਸ ਕੁੜੀ ਨੇ ਕੋਈ ਸੌਖਿਆ ਨਹੀਂ ਇਸ ਮੰਜ਼ਿਲ ਨੂੰ ਪਾ ਲਿਆ, ਜੇ ਇੱਥੋਂ ਤੱਕ ਪਹੁੰਚੀ ਇਹਦੇ ਦੇ ਪਿੱਛੇ ਬਹੁਤ ਲੰਬੀ ਇੱਕ ਕਹਾਣੀ ਹੋਏਗੀ, ਇੱਕ ਸਟਰਗਲਿੰਗ ਸਟੋਰੀ ਹੋਏਗੀ, ਔਰ ਉਸੇ ਸਟੋਰੀ ਦਾ ਕਰਕੇ ਇੱਥੋਂ ਤੱਕ ਇਹ ਪਹੁੰਚੀ ਹੈ। ਸੋ ਸਲਾਮ ਹੈ ਇਸ ਕੁੜੀ ਨੂੰ। ਜੀ ਹਰਮਨ ਜੀ, ਜੇ ਅਸੀਂ ਦੇਖਿਆ ਜਾਵੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨਾ ਸਾਡਾ, ਤੇ ਖਾਸ ਤੌਰ ਤੇ ਚਾਰਾਂ ਬੀਬੀਆਂ ਦੇ ਬਾਰੇ ਚ, ਉਹ ਬਹੁਤ ਸਾਰੀਆਂ ਕੁੜੀਆਂ ਦੇ ਲਈ ਇਹ ਵਧੀਆ ਹੋਊਗਾ ਪ੍ਰੋਗਰਾਮ, ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਨਹੀਂ ਕੁਛ ਕਰ ਸਕਦੀਆਂ, ਤੇ ਅੱਜ ਦੇ ਜ਼ਮਾਨੇ ਚ ਜਿਨ੍ਹਾਂ ਨੂੰ ਲੱਗਦਾ, ਤੁਸੀਂ ਤਾਂ ਉਸ ਜ਼ਮਾਨੇ ਦੀਆਂ ਗੱਲਾਂ ਕੀਤੀਆਂ ਜਦੋਂ ਮਤਲਬ ਅਸੀਂ ਸਿਰ ਨਹੀਂ ਸੀ ਨੰਗਾ ਰੱਖ ਸਕਦੇ, ਭਾਵੇਂ ਉਹ ਕਿਸੇ ਵੀ ਸੱਭਿਆਚਾਰ ਦੀਆਂ ਕਿਸੇ ਵੀ ਸਮਾਜ ਦੀਆਂ ਬੇਟੀਆਂ ਹੁੰਦੀਆਂ ਸੀ ਨਾ, ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ, ਤੁਸੀਂ ਸਿਰ ਨੰਗਾ ਨਹੀਂ ਰੱਖ ਸਕਦੇ, ਤੁਸੀਂ ਆਹ ਨਹੀਂ ਕਰ ਸਕਦੇ, ਤੁਸੀਂ ਉਹ। ਹੁਣ ਤਾਂ ਤੁਸੀਂ ਦੇਖੋ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਮਰਦ ਜਿਹੜੇ ਹੁੰਦੇ ਆ, ਸਾਡੇ ਭਰਾ ਹੁੰਦੇ ਆ, ਸਾਡੇ ਪਿਓ ਹੁੰਦੇ ਆ, ਅਸੀਂ ਉਹਨਾਂ ਨਾਲ ਬਹੁਤ ਹੱਦ ਤੱਕ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ। ਇਹ ਉਸ ਜ਼ਮਾਨੇ ਦੀਆਂ ਬੀਬੀਆਂ ਜਿਹੜੀਆਂ ਆਪਣੀਆਂ ਦਿਲੀ ਭਾਵਨਾਵਾਂ ਆਪਣੀਆਂ ਮਾਵਾਂ ਤੱਕ ਨਾਲ ਖੁੱਲ੍ਹ ਕੇ ਸ਼ੇਅਰ ਨਹੀਂ ਸੀ ਕਰ ਸਕਦੀਆਂ। ਬਿਲਕੁਲ ਸਹੀ। ਤੇ ਜੇ ਉਹ ਸਾਡੇ ਲਈ ਐਡੀ ਮਿਸਾਲ ਕਾਇਮ ਕਰ ਸਕਦੇ, ਅਸੀਂ ਕਿਉਂ ਨਹੀਂ ਕਰ ਸਕਦੇ? ਤੁਸੀਂ ਇਹ ਵੇਖੋ ਵੀ ਅਸੀਂ ਸਾਰੀਆਂ ਸਹੂਲਤਾਂ ਹੁੰਦਿਆਂ ਹੋਇਆਂ ਕਈ ਵਾਰ ਆਪਣੇ ਜਿਹੜੇ ਸੁਪਨੇ ਨੇ, ਜਿਹੜੇ ਆਪਣੇ ਖੁਆਬ ਨੇ, ਉਹਨਾਂ ਨੂੰ ਖਤਮ ਕਰ ਦਿੰਦੇ ਆ ਵੀ ਨਹੀਂ ਹੋ ਸਕਦਾ, ਐਵੇਂ ਦੀ ਬੇਮਤਲਬ ਦੇ ਬਹਾਨੇ ਦੇ ਕੇ, ਹਨਾ। ਔਰ ਇਹ ਉਹਨਾਂ ਵੇਲੇ ਜਦੋਂ ਸਹੂਲਤ ਦੇ ਨਾਮ ਤੇ ਕੁਝ ਵੀ ਨਹੀਂ ਸੀ। ਸੋ ਖੈਰ, ਇਹਨਾਂ ਸਾਰੀਆਂ ਬੀਬੀਆਂ ਨੂੰ 100-100 ਵਾਰ ਸਜਦਾ, ਇਹਨਾਂ ਮੂਹਰੇ ਸਿਰ ਝੁਕਦਾ ਬਾਕੀ, ਕਿਉਂਕਿ ਇਹਨਾਂ ਨੇ ਬੜੀ ਮਿਹਨਤ ਦੇ ਸਦਕਾ ਇਹ ਮੁਕਾਮ ਹਾਸਲ ਕੀਤਾ। ਔਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨਾਂ ਦੀਆਂ ਸਟੋਰੀ ਸੁਣਨ ਤੋਂ ਬਾਅਦ, ਇਹਨਾਂ ਦੀਆਂ ਕਹਾਣੀਆਂ ਸੁਣਨ ਤੋਂ ਬਾਅਦ, ਤੁਸੀਂ ਜ਼ਰੂਰ ਕੋਈ ਨਾ ਕੋਈ ਤਹੱਈਆ ਕਰ ਲਓਗੇ ਵੀ ਜਿਹੜੇ ਸੁਪਨੇ ਤੁਸੀਂ ਆਪਣੇ ਅੰਦਰ ਹੀ ਕਿਤੇ ਨਾ ਕਿਤੇ ਦਬਾ ਲਏ, ਉਹਨਾਂ ਨੂੰ ਜ਼ਰੂਰ, ਹਨਾ, ਸਾਰਿਆਂ ਸਾਹਮਣੇ ਲਿਆਉਣ ਦਾ ਤੁਸੀਂ ਮੌਕਾ ਨਹੀਂ ਛੱਡੋਗੇ। ਸੋ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਸਮੇਟਦੇ ਹਾਂ, ਸਾਡੇ ਜਾਣ ਦਾ ਹੋ ਗਿਆ ਵੇਲਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।